ਇਹ ਜੀ ਸਾਡੇ ਥਾਣਾ ਸੰਗਤ ਦੇ ਵਿੱਚ ਇੱਕ ਪਥਰਾਲਾ ਪਿੰਡ ਪੈਂਦਾ। ਪਥਰਾਲੇ ਪਿੰਡ ਤੋਂ ਬਾਹਰ ਇੱਕ ਖੇਤਾਂ ਦੇ ਵਿੱਚ ਇੱਕ ਲਖਵਿੰਦਰ ਕੌਰ ਪਤਨੀ ਅਜੈਬ ਸਿੰਘ ਵਾਸੀ ਪਿੰਡ ਪਥਰਾਲਾ ਉਹਨਾਂ ਦਾ ਡੇਰਾ ਬਣਿਆ ਹੋਇਆ, ਇਕੱਲਾ ਹੀ ਘਰ ਆ। ਅਤੇ ਮਿਤੀ 27 ਅਤੇ 28 ਫਰਵਰੀ ਦੀ ਰਾਤ ਨੂੰ 3 ਵਿਅਕਤੀ ਉਹਨਾਂ ਦੇ ਘਰ ਦੇ ਵਿੱਚ ਕੰਧ ਟੱਪ ਕੇ, ਜਿਹੜੇ ਮਫਲਡ ਫੇਸ ਸੀਗੇ, ਘਰ ਦੇ ਵਿੱਚ ਅੰਡਰ ਦਾਖਲ ਹੋਏ ਅਤੇ ਉਹ ਲਖਵਿੰਦਰ ਕੌਰ ਦੀ ਬੁਰੀ ਤਰ੍ਹਾਂ ਉਹਨਾਂ ਨੇ ਕੁੱਟਮਾਰ ਕਰਕੇ, ਉਹਨਾਂ ਕੋਲ ਹਥਿਆਰਾਂ ਦੇ ਤੇਜ਼ਧਾਰ ਹਥਿਆਰਾਂ ਦੇ ਡਰ ਦੇ ਨਾਲ ਅਤੇ ਕੁੱਟਮਾਰ ਕਰਕੇ, ਅਤੇ ਉਹਨਾਂ ਦੇ ਘਰ ਦੇ ਵਿੱਚੋਂ ਪੇਟੀਆਂ ਦੇ ਵਿੱਚੋਂ ਅਤੇ ਅਲਮਾਰੀ ਦੇ ਵਿੱਚੋਂ ਭੰਨ ਤੋੜ ਕਰਕੇ ਇੱਕ ਸੋਨੇ ਦੇ ਗਹਿਣੇ, ਚਾਂਦੀ ਦੇ ਗਹਿਣੇ ਅਤੇ ਨਕਦੀ 12,000 ਰੁਪਈਆ ਅਤੇ ਇੱਕ ਮੋਬਾਈਲ ਫੋਨ ਅਤੇ ਉਹ ਲੁੱਟ ਕੇ ਲੈ ਗਏ ਸੀ। ਇਸੇ ਅਧੀਨ ਹੀ ਅਤੇ ਮਾਨਯੋਗ ADGP ਸਾਹਿਬ, ਮਾਨਯੋਗ SSP ਸਾਹਿਬ ਅਤੇ ਮਾਨਯੋਗ SP ਸਿਟੀ ਸਾਹਿਬ ਅਤੇ SPD ਸਾਹਿਬ ਦੀਆਂ ਹਦਾਇਤਾਂ 'ਤੇ ਇਹਨੂੰ ਟਰੇਸ ਕਰਨ ਦੇ ਲਈ ਮੇਰੀ ਅਤੇ SHO ਸੰਗਤ ਅਤੇ ASI ਜਸਕਰਨ ਸਿੰਘ ਅਤੇ ਇਹਨਾਂ ਦੇ ਚੌਂਕੀ ਦੇ ਹੋਰ ਮੁਲਾਜ਼ਮਾਂ ਦੀ ਇੱਕ ਟੀਮ ਸੰਗਠਨ ਕੀਤੀ ਗਈ ਸੀ ਅਤੇ ਅਸੀਂ ਟੈਕਨੀਕਲ ਤਰੀਕੇ ਦੇ ਨਾਲ ਅਤੇ ਹਿਊਮਨ ਰਿਸੋਰਸ ਦੇ ਅਨੁਸਾਰ ਇਹ ਬੜੀ ਡੂੰਘਾਈ ਦੇ ਨਾਲ ਪੜਤਾਲ ਕਰਦਿਆਂ ਹੋਇਆਂ ਅਤੇ ਅਸੀਂ ਉਹਦੇ ਉਸ ਦਿਨ ਘਟਨਾ ਦੇ ਵਿੱਚ 3 ਵਿਅਕਤੀਆਂ ਨੂੰ ਅਸੀਂ ਉਹ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਨਾਮ ਹੈਗੇ, ਇੱਕ ਦਾ ਨਾਂ ਹੈਗਾ ਗੁਰਪ੍ਰੀਤ ਸਿੰਘ ਉਰਫ ਨਿੱਕਾ, ਇਹ ਤੁੰਗਵਾਲੀ ਪਿੰਡ ਦਾ ਰਹਿਣ ਵਾਲਾ, ਅਤੇ ਇੱਕ ਲਵਪ੍ਰੀਤ ਸਿੰਘ ਉਰਫ ਹੀਰਾ, ਇਹ ਪਥਰਾਲੇ ਦਾ, ਅਤੇ ਇੱਕ ਹੋਰ ਮਲਕੀਤ ਸਿੰਘ ਆ, ਇਹ ਵੀ ਪਥਰਾਲੇ ਦਾ। ਅਤੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਤੋਂ ਜਿਹੜਾ ਉਸ ਲੁੱਟਿਆ ਹੋਇਆ ਮਾਲ ਅਤੇ ਵਰਤੇ ਹੋਏ ਹਥਿਆਰ ਅਤੇ ਇਹ ਸਾਰੇ ਬਰਾਮਦ ਕੀਤੇ ਆ। ਇਹ ਸੋਨਾ ਕਰੀਬ 1.5 ਤੋਲੇ ਸੋਨੇ ਦੇ ਗਹਿਣੇ ਸੀਗੇ, ਜਿਹਦੇ ਵਿੱਚ ਕੰਨਾਂ ਦੀਆਂ ਵਾਲੀਆਂ, ਸੋਨੇ ਦੇ ਰਿੰਗ ਸੀਗੇ ਅਤੇ ਇੱਕ ਟੋਕਸ ਸੀਗੇ ਅਤੇ ਬਾਕੀ ਤਕਰੀਬਨ 3 ਤੋਲੇ ਚਾਂਦੀ ਦੇ ਗਹਿਣੇ ਸੀ, ਜਿਹਦੇ ਵਿੱਚ ਝਾਂਜਰਾ ਸੀ, ਕੜਾ ਸੀ। ਪਹਿਲਾਂ